ਬੜੇ ਥੋੜੇ ਨੇ ਬੜੇ ਘੱਟ ਨੇ ਉਂਗਲਾਂ ਤੇ ਗਿਣੇ ਜਾਣ ਵਾਲੇ ਏਦਾਂ ਦਾ ਸ਼ੌਕ ਰੱਖਣ ਵਾਲੇ ਜਿਹੜੇ ਕਹਿੰਦੇ ਨੇ ਆਪੇ ਦੀ ਖੋਜ ਕਰੀਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਨਾਲ ਜੁੜਦੇ ਨੇ ਜਿਹੜੇ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ ਕਹਿੰਦੇ ਹਰੀ ਤੇਰੇ ਨਾਲ ਹੀ ਹੈ ਰੰਗਮਾਣ ਪਰ ਕਿਵੇਂ ਗੁਰੂ ਦੀ ਮਤ ਲੈ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਬਣਾ ਤਰਾਸ਼ ਢਾਲ ਤੇ ਫਿਰ ਰੰਗ ਮਾਣ ਸਕਣਾ ਪਰ ਜੇ ਗੁਰੂ ਮਿਲ ਜਾਏ ਮੁਰਸ਼ਦ ਹੋਵੇ ਕਾਮਲ ਮੁਰਸ਼ਦ ਹੋਵੇ ਕਾਮਲ ਸੇਵਕ ਹੋਵੇ ਆਮਲ ਤੇ ਰੱਬ ਵਿੱਚ ਸ਼ਾਮਲ ਮੁਰਸ਼ਦ ਹੋਵੇ ਪੂਰਾ ਗੁਰੂ ਪੂਰਾ ਮਿਲੇ ਸੇਵਕ ਮੰਨਣ ਵਾਲਾ ਹੋਵੇ ਗੱਲਾਂ ਵਾਲਾ ਨਾ ਹੋਵੇ ਸੇਵਕ ਮੰਨਣ ਵਾਲਾ ਹੋਵੇ ਹੁਕਮ ਮੰਨੇ ਮੁਰਸ਼ਦ ਕਾਮਲ ਮਿਲ ਜਾਏ ਤੇ ਰੱਬ ਵਿੱਚ ਸ਼ਾਮਲ ਹੀ ਹੈ ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੀ ਅਗਵਾਈ ਕਰਨਗੇ ਜੇ ਅਸੀਂ ਚੌਂਕੜਾ ਮਾਰ ਕੇ ਆਪੇ ਦੀ ਖੋਜ ਕਰਨੀ ਚਾਹੁੰਦੇ ਤੇ ਮੈਂ ਇੱਥੇ ਗੱਲ ਸਿਰਫ ਇੰਨੀ ਬੇਨਤੀ ਕਰਕੇ ਅੱਗੇ ਤੁਰਨਾ ਜ਼ਰੂਰ ਪੰਜ ਮਿੰਟ ਦਸ ਮਿੰਟ ਚੌਂਕੜਾ ਮਾਰ ਕੇ ਵਾਹਿਗੁਰੂ 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 ਜ਼ਰੂਰ ਜਪਿਆ ਕਰੋ ਜ਼ਰੂਰ ਜ਼ਰੂਰ ਬੇਨਤੀ ਹੈ ਅੰਮ੍ਰਿਤਧਾਰੀਓ ਤੇ ਸਿਮਰਨ ਵੱਲ ਪ੍ਰੇਰਿਤ ਹੋਵੋ ਭਜਨ ਵੱਲ ਪ੍ਰੇਰਿਤ ਹੋਵੋ ਫਿਰ ਵੇਖਿਓ ਇਤਿਹਾਸ ਚੋਂ ਰਸ ਆਉਂਦਾ ਫਿਰ ਵੇਖਿਓ ਆ ਇਤਿਹਾਸ ਕਲਗੀਆਂ ਵਾਲੇ ਦੀ ਗੱਲ ਤੇ ਇੱਥੇ ਬੜੀ ਵਾਰੀ ਸੁਣੀ ਹੋਣੀ ਹੈ ਜਦੋਂ ਕਦੇ ਫਿਰ ਗੱਲ ਸੁਣੋਗੇ ਨਾ ਫਿਰ ਰੰਗ ਹੀ ਕੁਝ ਵੱਖਰਾ ਹੋ ਜਾਏਗਾ ਕਿਉਂਕਿ ਫਿਰ ਪਿਆਰ ਪੈ ਜਾਏਗਾ ਨਾ ਜਿਹਦੇ ਨਾਲ ਪਿਆਰ ਹੋਵੇ ਉਹਦੀ ਬਾਤ ਸੁਣ ਕੇ ਆਨੰਦ ਆਉਂਦਾ ਹੈ ਉਹਦੀਆਂ ਬਾਤਾਂ ਸਾਰੀ ਰਾਤ ਪਾਈ ਜਾਓ ਫਿਰ ਮਨ ਅੱਕਦਾ ਨਹੀਂ ਕਦੀ ਜਿਹਦੇ ਨਾਲ ਪ੍ਰੇਮ ਹੋਵੇ ਉਹਦੀਆਂ ਗੱਲਾਂ ਕਰਨ ਤੋਂ ਮਨ ਅੱਕਦਾ ਹੀ ਨਹੀਂ ਜਦੋਂ ਕਲਗੀਧਰ ਨਾਲ ਪਿਆਰ ਪੈ ਜਾਏਗਾ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਪੈ ਜਾਏਗਾ ਫਿਰ ਉਹਦੀਆਂ ਗੱਲਾਂ ਕਰਦਿਆਂ ਉਹਦੀਆਂ ਬਾਤਾਂ ਕਰਦਿਆਂ ਥੱਕਾਂਗੇ ਨਹੀਂ ਕਦੇ ਅੱਕਾਂਗੇ ਨਹੀਂ ਕਦੇ ਤੇ ਇਹ ਜਿਹੜਾ ਸ਼ੌਂਕ ਹੈ ਭਜਨ ਦਾ ਸਿਮਰਨ ਦਾ ਸਮਾਧੀ ਚ ਬਹਿਣ ਦਾ ਇਹ ਬਹੁਤ ਘੱਟ ਗਿਆ ਤੇ ਪਹਿਲੇ ਸਿੱਖਾਂ ਚ ਸੀ ਪਹਿਲੇ ਤੇ ਉਡੀਕਦੇ ਸਨ ਕਿ ਗੁਰੂ ਦਾ ਸਿੱਖ ਕੋਈ ਹੋਵੇ ਜੋੜਨ ਵਾਲਾ ਕੋਈ ਪਿਆਰਾ ਮਿਲੇ ਸੁਨੇਹਾ ਮਿਲਿਆ ਸੱਦਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਬੁਲਾਇਆ ਕਹਿੰਦੇ ਵਿਸਾਖੀ ਤੇ ਸੱਦਿਆ 1699 ਦੀ ਵਿਸਾਖੀ ਆਉਣ ਵਾਲੀ ਸੀ ਕਹਿੰਦੇ ਮਹਾਰਾਜ ਨੇ ਸੱਦਿਆ ਸਾਰਿਆਂ ਸਿੰਘਾਂ ਨੂੰ ਸਿੱਖਾਂ ਨੂੰ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਸਿੱਖ ਬੈਠੇ ਸਾਰੇ ਆਓ ਦੂਰ ਤੱਕ ਖਬਰਾਂ ਗਈਆਂ ਤੇ ਬਹੁਤ ਸੰਗਤ ਇਕੱਠੀ ਹੋਈ ਭੱਜੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਪਿਆਰ ਵਾਲੇ ਦੀਦਾਰ ਕਰਨ ਲਈ ਜਾ ਰਹੇ ਧਿਆਨ ਦਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਚਮੁੱਚ ਆਨੰਦ ਵਰਸਦਾ ਸੀ ਬੜੀ ਬੜੀ ਦੂਰੋਂ ਸੰਗਤ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਪਹੁੰਚੀ ਪਿਆਰ ਵਾਲੇ ਅੱਕਦੇ ਥੱਕਦੇ ਨਹੀਂ ਮੈਂ ਅਰਜ਼ ਹਮੇਸ਼ਾ ਕੀਤੀ ਹੈ ਕਿਸੇ ਫੀਲਡ ਵਿੱਚੋਂ ਤੁਸੀਂ ਕਿਸੇ ਕੰਮ ਵਿੱਚ ਪਏ ਹੋ ਕਿਸੇ ਬਿਜ਼ਨਸ ਪਏ ਹੋ ਨੌਕਰੀ ਕਰਦੇ ਹੋ ਖੇਤੀ ਕਰਦੇ ਹੋ ਜੋ ਕਰਦੇ ਹੋ ਕਦੇ ਆਪਣੇ ਕੰਮ ਤੋਂ ਅੱਕੋ ਨਾ ਥੱਕੋਗੇ ਥਕਾਵਟਾਂ ਤੇ ਦੋ ਦਿਨ ਦੋ ਘੰਟੇ ਦੋ ਮਹੀਨੇ ਆਰਾਮ ਕਰਕੇ ਲੈ ਜਾਂਦੀਆਂ ਜਿਹੜਾ ਬੰਦਾ ਅੱਕ ਜਾਏ ਉਹਦਾ ਕੁਛ ਨਹੀਂ ਬਣ ਸਕਦਾ ਫੌਜੀ ਫੌਜ 'ਚ ਨੌਕਰੀ ਕਰਨ ਤੋਂ ਅੱਕ ਜਾਏ ਮੁੜ ਆਏਗਾ ਘਰ ਜੇ ਜ਼ਿਮੀਂਦਾਰ ਖੇਤ ਜਾਣ ਤੋਂ ਪਾਣੀ ਲਾਉਣ ਤੋਂ ਹੀ ਅੱਕਿਆ ਪਿਆ ਬਸ ਵੇਚੇਗਾ ਇੱਕ ਦਿਨ ਜ਼ਮੀਨ ਆਪਣੀ ਕੁਛ ਨਹੀਂ ਰਹੇਗਾ ਅੱਕੋ ਕਿਉਂ ਇਸੇ ਤਰ੍ਹਾਂ ਭਜਨ ਸਿਮਰਨ ਕਰਦੇ ਅੱਕਣਾ ਨਹੀਂ ਚਾਹੀਦਾ ਥੋੜਾ ਕਰੋ ਪਰ ਕਰੋ ਜ਼ਰੂਰ ਥੱਕੋ ਥਕਾਵਟ ਤੇ ਲੈ ਜਾਂਦੀ ਹੈ ਅੱਕਣਾ ਨਹੀਂ ਕਦੀ ਵੀ ਤੁਰਦੇ ਰਹਿਣਾ ਹੈ ਤੁਰਦਿਆਂ ਹੀ ਮੰਜ਼ਿਲ ਮਿਲਦੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਾ ਪੁਕਾਰ ਕਹਿੰਦੇ ਕਦੀ ਤੇ ਸੁਣੇਗਾ ਕਬੀਰ ਸਾਹਿਬ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ ਕਹਿੰਦੇ ਮੈਂ ਹਰੀ ਦੇ ਦੁਆਰੇ ਉੱਤੇ ਮਰ ਜਾ ਤੇ ਕਹਿੰਦੇ ਕੀ ਪਤਾ ਲੱਗਦਾ ਮੇਰਾ ਮਾਲਕ ਮੇਰਾ ਮੁਰਸ਼ਦ ਕਦੀ ਬਈ ਤੁਰਿਆ ਜਾਂਦਾ ਪੁੱਛ ਹੀ ਲਵੇ ਆ ਕਿਹੜਾ ਮਰਿਆ ਪਿਆ ਮਤ ਹਰ ਪੁੱਛੇ ਕੌਣ ਹੈ ਮਤਾਂ ਕਿਤੇ ਇੰਨਾ ਹੀ ਪੁੱਛ ਲੈ ਮਰੇ ਪਏ ਤੇ ਹੀ ਪੁੱਛ ਲੈ ਵੀ ਆ ਕਿਹੜਾ ਪਿਆ ਜੇ ਉਹਨੇ ਇੰਨਾ ਪੁੱਛ ਲਿਆ ਨਾ ਵੀ ਆ ਕੌਣ ਪਿਆ ਮੇਰਾ ਇੰਨੇ ਨਾਲ ਹੀ ਭਲਾ ਹੋ ਜਾਏਗਾ ਮੇਰਾ ਇੰਨੇ ਚ ਹੀ ਪਾਰ ਉਤਾਰਾ ਹੋ ਜਾਏਗਾ ਵੇਖੋ ਇੰਨਾ ਪਿਆਰ ਮੁਰਸ਼ਦ ਨਾਲ ਕਰਦੇ ਨੇ ਪਿਆਰ ਵਾਲੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘ ਦੇ ਸੀਸ ਉੱਪਰ ਗੁਰੂ ਸਾਹਿਬ ਦਾ ਸਰੂਪ ਵੀ ਹੁੰਦਾ ਤੇ ਚੌਰ ਵੀ ਆਪ ਹੀ ਕਰਦਾ ਹੁੰਦਾ ਸਵੇਰ ਵੇਲੇ ਜਿਹੜੇ ਜਿਹੜੇ
शहर पिंड जिस पिंड दे विच हजार वोट है उस पिंड दे विच गुरुद्वारे विच हजार विचों एक भी नहीं जेड़ा अगे जल छिड़के जेड़ा चार बजे प्रकाश करन दे टाइम ते पंज सिंह पूरे पहुंच जाण पंज पंज हजार जिथे वोट है उत्थे पंज पंज बंदे गुरुद्वारे उस टाइम ते नहीं जांदे ए हाल है साडा ते फिर कित्थों लभने आ सुख गुरमुखो प्यार करन वाले किन्ना प्यार करदे आ अपने मुर्शद नाल भगत कबीर साहब कहिंदे ने मता मरिया पिया होवांगा फिर ही वेख ले मर के ही वेख ले मरे नूं ही कह देवे भी आ कड़ केड़ा पिया है मत हर पूछे कौन है परा हमारे बारा मेरे बूहे च केड़ा पिया है इन्ने नाल ही भला इन्ने नाल ही पार उतारा ते वेखो इन्ना प्यार बाबा फरीद साहब जी की धरती ते बैठे बाबा फरीद साहब कहिंदे फरीदा बार पुराया बैसना साईं मुझे ना दे इन्ना बूहे नाल प्यार मालक दे नाल अपने गुरु नाल इन्ना प्यार तेरे दर नाल इन्ना प्यार अपने मुर्शद नाल अपने खुदा नाल फरीदा बार पराया बैसना साई मुझे ना दे पराए बूहे ते ना कली ते जे कलना ही ते सच्चा पातशाह हे मेरे मालका हे खुदा जान कढ लई पराए बूहे ते ना कली आज कढ लै जान मेनू तेरे जान दी भी तेरे स्वासां दी भी लोड़ नहीं आ रहण दे कलबूत कल्ले ही पर मैं पराए बूहे ते नहीं जाना जान भावे कढ फरीदा बार पराया बैसना साई मुझे ना दे जे तू एवें रखसी ता जियो शरीर होले आ जियो शरीर विचों कढ ले जिंद कढ ले शरीर विचों मेरी बाबा फरीद साहब जी दे श्लोक दा अर्थ है कढ ले जान जे दर्शन नहीं देने जे एवें ही तोरी फिरना ही ना कदी किते कदी किते जे तू मैनू एवें ही रखना जिंद कढ ले शरीर विचों मेरी जे तू मैनू एवें ही रखना स्टेज ते आउणगे संगत ने उठना नहीं जिवें सजे हो इसे तरह आपो अपनी जगह ते सजे रहना ते आप जी नूं पता ही है कि पंज प्यारियां दा सत्कार किवें आपां करने उठना नहीं आपो अपनी जगह ते इसे तरह बैठे।
महाराज ने।